ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਮਤ ਦਾ ਫਰਮਾਨ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇਰੇ ਲਈ ਇਹਦਾ ਮਤਲਬ ਕੀ ਆ ਕਿ ਜਿਹੜਾ ਮਨੁੱਖੀ ਜਨਮ ਜਾਂ ਮਨੁੱਖੀ ਜਿਹੜੀ ਆਤਮਾ ਹੈਗੀ ਆ ਅਸਲ ਦੇ ਵਿੱਚ ਸਰੀਰ ਤਾਂ ਖਤਮ ਹੁੰਦਾ ਹੈ ਆਤਮਾ ਖਤਮ ਨਹੀਂ ਹੁੰਦੀ ਕਿਉਂਕਿ ਆਤਮਾ ਜਿਹੜੀ ਹੈ ਨਾ ਵਾਸ਼ਨਾ ਦੇ ਅਨੁਸਾਰ ਜਨਮ ਲੈਂਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਜੀਵ ਜਿਹੜਾ ਹੈਗਾ ਸਰੀਰ ਕਰਕੇ ਮਰਦਾ ਹੈਗਾ ਕਿ ਪਰਮਨ ਆਤਮਾ ਕਰਕੇ ਹਮੇਸ਼ਾ ਜਿੰਦਾ ਰਹਿੰਦਾ ਹੈ ਇਸ ਦੇ ਹੈ ਨਾ ਗੁਰਮਤ ਦੇ ਵਿੱਚ ਜਿਹੜੇ ਹੈਗੇ ਆ ਉਹ ਸਾਨੂੰ ਖਾਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਹਵਾਲੇ ਆ ਉਹ ਸਾਨੂੰ ਸਦਾਰਨ ਪ੍ਰਾਪਤ ਹੋ ਜਾਂਦੇ ਆ ਅਗਰ ਆਪਾਂ ਇਤਿਹਾਸਕ ਗੱਲ ਕਰਦੇ ਆ ਕਲਗੀਧਰ ਮਾਰਾ ਪਿਤਾ ਜੀ ਦੀ ਤੇ ਮਹਾਰਾਜ ਨੇ ਵੀ ਬਜੱਤਰ ਨਾਟਕ ਦੇ ਵਿੱਚ ਆਪਣੇ ਜੋ ਪੂਰਵਲੇ ਜਨਮ ਦੀ ਤਪੱਸਿਆ ਹਨਾ ਉਹ ਤਾਂ ਸਾਰਾ ਪ੍ਰਸੰਗ ਜਿਹੜਾ ਹਨਾ ਖੋਲ ਕੇ ਦੱਸਿਆ ਹੋਇਆ ਹੈ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜੈ ਵਿਦਮੋਹਯਾਨੋ ਇਸ ਤਰ੍ਹਾਂ ਜਿਹੜਾ ਪਿਛਲਾ ਜਨਮ ਹੈਗਾ ਉਹ ਇਹ ਜ਼ਰੂਰੀ ਆ ਕਿ ਐਸੇ ਬਹੁਤ ਘੱਟ ਪੁਰਾਣੀ ਆ ਜਿਨ੍ਹਾਂ ਨੂੰ ਉਹ ਯਾਦ ਰਹਿੰਦਾ ਹੈ ਜਾਂ ਤਾਂ ਉਹ ਰੂਹਾ ਉਹ ਭਗਤ ਉਹ ਰੱਬ ਦੇ ਪਿਆਰੇ ਜਿਹੜੇ ਵਾਹਿਗੁਰੂ ਨਾਲ ਜੁੜੇ ਆ ਉਹਨਾਂ ਨੂੰ ਇੱਕ ਨਹੀਂ ਅਨੇਕਾਂ ਜਨਮਾਂ ਦਾ ਗਿਆਨ ਹੈ ਜਿਵੇਂ ਗਰਬਾਣੀ ਵਿੱਚ ਬਾਬਾ ਰਵਿਦਾਸ ਜੀ ਨੇ ਸਾਨੂੰ ਦੱਸਿਆ ਕਿ ਬਹੁਤ ਜਨਮ ਵਿਛੜੇ ଥିמאਦ ਇਹਦਾ ਮਤਲਬ ਕੀ ਹੈ ਕਿ ਬਹੁਤ ਜਨਮ ਜਿਹੜੇ ਵਿਛੜੇ ਸੀ ਉਹਨਾਂ ਦਾ ਵੀ ਉਹਨਾਂ ਨੂੰ ਗਿਆਨ ਸੀਗਾ ਤੇ ਪਰ ਨਾਲ ਕਹਤਾ ਇਹ ਜਨਮ ਤੇ ਮਾਰੇ ਲੈ ਕੇ ਪਰ ਹੁਣ ਜਿਹੜਾ ਜਨਮ ਦੁਬਾਰਾ ਮਿਲਿਆ ਹਨ ਕਹਿੰਦੇ ਇਹ ਹੁਣ ਵਿਅਰਥ ਨਹੀਂ ਜਾਣ ਦੇਣਾ ਇਹ ਤਾਂ ਅਸੀਂ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਿਹੜਾ ਹੈਗਾ ਲਾਉਣਾ ਹੈਗਾ ਇਸ ਤਰ੍ਹਾਂ ਜਿਹੜੀ ਸਧਾਰਨ ਪ੍ਰਾਣੀ ਹੈ ਨਾ ਉਹਨਾਂ ਦੇ ਜੀਵਨ ਦੇ ਵਿੱਚ ਵੀ ਕਈ ਐਸੀਆਂ ਰਹੱਸਮਈ ਘਟਨਾਵਾਂ ਵਾਪਰ ਜਾਂਦੀਆਂ ਹੈ ਜਿਹੜੀਆਂ ਉਹਨਾਂ ਦੇ ਪੂਰਵਲੇ ਜਨਮ ਦੇ ਨਾਲ ਸੰਬੰਧ ਰੱਖਦੀਆਂ ਹੈ ਅੱਜ ਦਾਸ ਪੂਰਵਲੇ ਜਨਮ ਦੇ ਵਿੱਚ ਜਿਹੜੀਆਂ ਘਟਨਾਵਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸੋਢੀ ਦੇ ਜੀਵਨ ਦੇ ਵਿੱਚ ਹੋਈਆਂ ਹਨ ਉਹਨਾਂ ਘਟਨਾਵਾਂ ਦਾ ਜਿਹੜਾ ਹੈ ਨਾ ਕੁਝ ਕੁ ਹਵਾਲਾ ਹੈਗਾ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ ਸੋ ਪਹਿਲੀ ਜਿਹੜੀ ਹੈ ਨਾ ਜੋ ਭਾਈ ਸਾਹਿਬ ਉਹਨਾਂ ਨੇ ਜੋ ਪਿਛਲੇ ਜਨਮ ਦੀ ਘਟਨਾ ਜਿਹੜੀ ਹੈਗੀ ਉਹ ਸਾਂਝੀ ਕੀਤੀ ਸਾਰਿਆਂ ਦੇ ਨਾਲ ਉਹ ਇਹ ਹੈ ਕਿ ਪਈਸਾ ਪਾਈਰ ਭਜਨ ਸਿੰਘ ਜੀ ਸੋਢੀ ਦੇ ਇੱਕ ਮਿੱਤਰ ਜਿਹੜੇ ਹਨ ਪਟਿਆਲੇ ਰਹਿੰਦੇ ਸੀਗੇ ਉਹਨਾਂ ਦੇ ਜਿਹੜੇ ਸੋਹਰਾ ਸਾਹਬ ਸੀ ਉਹ ਸੋਹਰਾ ਸਾਹਬ ਜਿਹੜੇ ਸੀਗੇ ਉਹਨਾਂ ਦੇ ਤਿੰਨ ਲੜਕੀਆਂ ਸੀ ਇੱਕ ਪੁੱਤਰ ਸੀ ਤੇ ਇਹਨਾਂ ਦੇ ਮਿੱਤਰ ਦੇ ਜਿਹੜੇ ਸੋਹਰਾ ਸਾਹਬ ਸੀ ਹਨ ਉਹ ਆ ਜਿਹੜੇ ਟਾਇਰ ਹੁੰਦੇ ਸੀ ਟਾਇਰਾਂ ਦੇ ਉੱਤੇ ਰਬੜ ਜਾਂ ਸੋਲ ਚਾੜਨ ਦਾ ਜਿਹੜਾ ਕੰਮਕਾਰ ਕਰਦੇ ਹੁੰਦੇ ਸੀ ਪਰ ਤਿੰਨ ਲੜਕੀਆਂ ਤੋਂ ਬਾਅਦ ਉਹਨਾਂ ਦਾ ਜਿਹੜਾ ਚੌਥਾ ਪੁੱਤਰ ਹੋਇਆ ਜਦ ਉਹਦੀ ਉਮਰ ਜਿਹੜੀ ਸੀ 4 ਸਾਲ ਦੀ ਹੋਈ ਉਹ ਬਿਮਾਰ ਹੋ ਗਿਆ ਤੇ ਬਿਮਾਰ ਹੋ ਕੇ ਹਨਾ ਉਹਦੀ ਮੌਤ ਜਦ ਉਹਦੀ ਮੌਤ ਹੋਈ ਮੌਤ ਤੋਂ ਬਾਅਦ ਜਦ ਦਿਨ ਚੜਿਆ ਹਨਾ ਉਹ ਜਿਹੜਾ ਲੜਕਾ ਸੀਗਾ ਫਿਰ ਦੁਬਾਰਾ ਜਿੰਦਾ ਹੋ ਗਿਆ ਜਦ ਜਿੰਦਾ ਹੋਇਆ ਤੇ ਉਸ ਤੋਂ ਬਾਅਦ ਉਹਨੇ ਇੱਕ ਰੱਟ ਜਿਹੜੀ ਸੀ ਉਹ ਲੋਣੀ ਸ਼ੁਰੂ ਕਰ ਦਿੱਤੀ ਉਹ ਕੀ ਸੀ ਉਹ ਕਹਿੰਦਾ ਸੀਗਾ ਕਿ ਮੈਂ ਜਿਹੜਾ ਹਨਾ ਬਈ ਟਰੱਕ ਡਰਾਈਵਰ ਹੈਗਾ ਤੇ ਮੇਰੇ ਆ ਜਿਹੜਾ ਹਨਾ ਪਿਛਲੇ ਜਿਹੜਾ ਸਮਾਂ ਸੀ ਉਹਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਪਰ ਆਮ ਕਰਕੇ ਘਰਦਿਆਂ ਦਾ ਖਿਆਲ ਇਸ ਤਰ੍ਹਾਂ ਦਾ ਹੁੰਦਾ ਜਾਂ ਰਿਸ਼ਤੇਦਾਰਾਂ ਦਾ ਖਿਆਲ ਇਸ ਤਰ੍ਹਾਂ ਹੁੰਦਾ ਕਿ ਬੱਚਾ ਜਿਹੜਾ ਹਨਾ ਇਹ ਮਰ ਕੇ ਜ਼ਿੰਦਾ ਹੋਇਆ ਹੈਗਾ ਸੋ ਇਸ ਕਰਕੇ ਕਈ ਵਾਰੀ ਹਨਾ ਕੋਈ ਦਿਮਾਗ ਦੇ ਵਿੱਚ ਜਾਂ ਉਹਦੇ ਬ੍ਰੇਨ ਦੇ ਵਿੱਚ ਐਸੀ ਜਿਹੜੀ ਗੜਬੜ ਜਾਂ ਜਾਦ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਰਹਿ ਜਾਂਦੀ ਆ ਜਾਂ ਇਸ ਤਰ੍ਹਾਂ ਦੀ ਕੋਈ ਦਿਮਾਗੀ ਕਮਜ਼ੋਰੀ ਹੋ ਜਾਂਦੀ ਕਿ ਬੱਚੇ ਜਿਹੜੇ ਹਨਾ ਉਲਟ ਪੁਲਟ ਹੋ ਜਾਂਦੇ ਆ ਪਰ ਇਹ ਜਿਹੜਾ ਖਾਸ ਕਰਕੇ ਉਸ ਬੱਚੇ ਦਾ ਕਹਿਣਾ ਉਹ ਵੀ ਉਦੋਂ ਹੋਇਆ ਸੀ ਜਦੋਂ ਉਹ ਮਰਨ ਤੋਂ ਬਾਅਦ ਜੰਦਾ ਹੋਇਆ ਸੀਗਾ ਜਦ ਜੰਦਾ ਹੋਇਆ ਸੀਗਾ ਤੇ ਉਸ ਟਾਈਮ ਪਰਿਵਾਰ ਨੇ ਬੜੀ ਖੁਸ਼ੀ ਕੀਤੀ ਸੀ ਕਿਉਂਕਿ ਇੱਕੋ ਇੱਕ ਬੇਟਾ ਸੀਗਾ ਪਰ ਉਹਦਾ ਜਿਹੜਾ ਇਹ ਗੱਲ ਕਹਿਣੀ ਆ ਕਿ ਮੇਰਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਤੇ ਮੈਂ ਐਕਸੀਡੈਂਟ ਜਿਹੜਾ ਮਰਿਆ ਗਿਆ ਇਹੋ ਹੀ ਉਹ ਵਾਰ-ਵਾਰ ਜਿਹੜੀ ਗੱਲ ਕਹਿੰਦਾ ਸੀ ਤੋਂ ਜ਼ਿਆਦਾ ਨਹੀਂ ਸੀ ਕਹਿੰਦਾ ਪਰ ਘਰਦਿਆਂ ਦੇ ਮਨ 'ਚ ਚਲੋ ਬੱਚਾ ਪਿਆਰਾ ਹੋ ਸਕਾ ਮਰ ਕੇ ਜੰਦਾ ਹੋਇਆ ਸੀਗਾ ਵਾਰ-ਵਾਰ ਇਹੋ ਹੀ ਆ ਵੀ ਸ਼ਾਇਦ ਬੱਚੇ ਦੇ ਦਿਮਾਗ ਦੇ ਵਿੱਚ ਕੋਈ ਐਸੀ ਗੱਲ ਬੈਠ ਗਈ ਜਿਹੜੀ ਹੌਲੀ-ਹੌਲੀ ਨਿਕਲੂਗੀ ਪਰ ਇੱਕ ਵਾਰ ਉਹ ਹੀ ਜਿਹੜਾ ਬੱਚਾ ਸੀਗਾ ਆਪਣੇ ਪਿਤਾ ਦੀ ਦੁਕਾਨ ਤੇ ਬੈਠਾ ਹੋਇਆ ਸੀਗਾ ਤੇ ਇਹਨਾਂ ਦੇ ਪਿਤਾ ਦੀ ਦੁਕਾਨ ਦੇ ਉੱਤੇ ਇੱਕ ਜਿਹੜਾ ਡਰਾਈਵਰ ਸੀਗਾ ਹਨਾ ਉਹ ਆਪਣੇ ਟਰੱਕ ਦੇ ਟਾਇਰਾਂ ਦੇ ਉੱਤੇ ਸੋਲ ਛਟਾਉਣ ਆਇਆ ਯਾਰ ਸੋਲ ਛਟਾਉਣ ਆਇਆ ਇਹ ਬੱਚਾ ਕੋਲ ਬੈਠਾ ਸੀਗਾ ਤੇ ਇਹ बार-बार ਇਹੋ ਗੱਲ ਕਹੀ ਜਾਂਦਾ ਸੀਗਾ ਕਿ ਮੇਰਾ ਜਿਹੜਾ ਹਨਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਂ ਐਕਸੀਡੈਂਟ 'ਚ ਮਰਿਆ ਸੀਗਾ ਉਸ ਟਾਈਮ ਦੇਖੋ ਕੁਦਰਤੀ ਟਰੱਕ ਡਰਾਈਵਰ ਨੇ ਉਸ ਬੱਚੇ ਦੇ ਵੱਲ ਬੜੀ ਹਨਾ ਗੌਰ ਨਾਲ ਦੇਖਿਆ ਦੇਖਿਆ ਤੇ ਸਰਫੇ ਉਹਨੇ ਜਾਨੀ ਕਿ ਪੁੱਛਿਆ ਹੈਗਾ ਕਿ ਜਿਹੜਾ ਤੇਰਾ ਟਰੱਕ ਸੀਗਾ ਜੇ ਦੇ ਵਿੱਚ ਤੂੰ ਕਹਿੰਦਾ ਹੈਗਾ ਕਿ ਮੇਰਾ ਮੇਰਾ ਟਰੱਕ ਸਗਾ ਤੇ ਮੇਰਾ ਐਕਸੀਡੈਂਟ ਹੋ ਗਿਆ ਇੱਥੇ ਐਕਸੀਡੈਂਟ ਇਕੱਠੇ ਹੋਇਆ ਸੀਗਾ ਦੇਖੋ ਫਿਰ ਉਸ ਬੱਚੇ ਨੇ ਜਿਹੜੇ ਸੀ ਉਸ ਟਰੱਕ ਡਰਾਈਵਰ ਨੂੰ ਦੱਸਿਆ ਕਿ ਦਰਸਰ ਗਾਲੀ ਆ ਕਿ ਮੈਂ Shimla ਤੋਂ ਉਸ ਟਾਈਮ ਟਰੱਕ ਦੇ ਵਿੱਚ ਕਾਲਕਾ ਆ ਰਿਹਾ ਸੀਗਾ ਤੇ ਕਾਲਕਾ ਦੇ ਲਾਗੇ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਡਰਾਈਵਰ ਨੇ ਹੈਨਾ ਉਹਦਾ ਨੰਬਰ ਪੁੱਛਿਆ ਵੀ ਜਿਹੜਾ ਤੇਰਾ ਟਰੱਕ ਜਿਹਦਾ ਐਕਸੀਡੈਂਟ ਹੋਦਾ ਨੰਬਰ ਕੀ ਆ ਤੇ ਫਿਰ ਉਹਨੇ ਦੱਸਿਆ ਕਿ ਉਸ ਟਰੱਕ ਦਾ ਨੰਬਰ ਆ ਸੀਗਾ ਫਿਰ ਉਹਨੇ ਦੱਸਿਆ ਕਿ ਐਸ਼ਾ ਇਹ ਦੱਸ ਵੀ ਉਹ ਜਿਹੜਾ ਬੰਦਾ ਹੈਗਾ ਤੇ ਉਹ ਉਹਦਾ ਪਿੰਡ ਕਿਹੜਾ ਹੈਗਾ ਤੂੰ ਆਪਣਾ ਪਿੰਡ ਦੱਸ ਪਿਛਲਾ ਤੇਰਾ ਪਿੰਡ ਕਿਹੜਾ ਫਿਰ ਉਹਨੇ ਬੱਚੇ ਨੇ ਆਪਣਾ ਪਿੰਡ ਦੱਸਿਆ ਸੀਗਾ ਕਿ ਮੈਂ ਬੱਸੀ ਪਠਾਨਾ ਦੇ ਰਹਿਣ ਵਾਲਾ ਹੈਗਾ ਪਟਿਆਲੇ ਏਰੀਆ ਦੇ ਵਿੱਚ ਪੈਂਦਾ ਹੈਗਾ ਤੇ ਇੱਥੇ ਮੇਰਾ ਐਕਸੀਡੈਂਟ ਹੋ ਗਿਆ ਜਦੋਂ ਨੇ ਬੱਸੀ ਪਠਾਨਾ ਦਾ ਨਾਮ ਲਿਆ ਹੈਗਾ ਤੇ ਫਿਰ ਉਹ ਟਰੱਕ ਡਰਾਈਵਰ ਜਿਹੜਾ ਸੀਗਾ ਉਹ ਉਸ ਡਰਾਈਵਰ ਨੂੰ ਜਿਹੜਾ ਸੀ ਜਾਣਦਾ ਸੀਗਾ ਜਿਹਦਾ ਉਹ ਐਕਸੀਡੈਂਟ ਦੇ ਵਿੱਚ ਮਰਿਆ ਸੀਗਾ ਫਿਰ ਦੇਖੋ ਉਸੇ ਹਨ ਟਰੱਕ ਡਰਾਈਵਰ ਨੇ ਜਾ ਕੇ ਬੱਸੀ ਪਠਾਨਾ ਦੇ ਘਰ ਦੇ ਤਾਂ ਸਭ ਜਿਹੜਾ ਟਾਡੇ ਘਰ ਦਾ ਮੈਂਬਰ ਜਿਹੜਾ ਐਕਸੀਡੈਂਟ ਮਰ ਗਿਆ ਸੀ ਹੈ ਨਾ ਤੇ ਇੱਕ ਬੱਚਾ ਜਿਹੜਾ ਹੈਗਾ ਨਾ ਉਹ ਤੋਂ ਬਾਅਦ ਉਹ ਜਿੰਦਾ ਹੋਇਆ ਜਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਉਦੋਂ ਉਹ ਜਿੰਦਾ ਹੋ ਗਿਆ ਸੀ ਮਰ ਕੇ ਤੋਂ ਵਾਰ-ਵਾਰ ਇਹੋ ਕਹੀ ਜਾਂਦਾ ਹੈਗਾ ਕਿ ਮੈਂ ਟਰੱਕ ਡਰਾਈਵਰ ਹੈਗਾ ਤੇ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਂ ਬੱਸੀ ਪਠਾਨਾ ਦੇ ਰਹਿਣ ਵਾਲਾ ਹੈਗਾ ਜਦ ਇੰਨੀ ਗੱਲ ਹੈ ਕਹੀ ਉਹ ਜਿਹੜੀ ਬੱਸੀ ਪਠਾਨਾ ਦਾ ਪਰਿਵਾਰ ਹੈਗਾ ਬੜਾ ਹੈਰਾਨ ਹੋਇਆ ਤੇ ਉਹਨਾਂ ਦੇ ਮਨ ਦੇ ਵਿੱਚ ਚਾਹਤ ਵਜੀ ਕਿ ਹੋਵੇ ਨਾ ਜਾ ਕੇ ਹਨਾ ਉਸ ਬੱਚੇ ਨੂੰ ਦੇਖੀਏ ਕਿ ਜਿਹੜਾ ਕਹਿ ਰਿਹਾ ਹੈਗਾ ਕਿ ਮੈਂ ਜਦੋਂ ਕਾਲਕਾ ਤੋਂ ਯਾਨੀ ਆ ਰਿਹਾ ਸੀਗਾ ਕਾਲਕਾ ਦੇ ਲਾਗੇ ਮੇਰੇ ਐਕਸੀਡੈਂਟ ਹੋਇਆ ਸੀਗਾ ਸ਼ਿਮਲੇ ਤੋਂ ਤੇ ਫਿਰ ਦੇਖੋ ਜਿਹੜਾ ਸਾਰਾ ਪਰਿਵਾਰ ਸੀਗਾ ਉਸ ਬੱਚੇ ਨੂੰ ਦੇਖਣਾ ਆ ਜਾਂ ਦੇਖਣਾ ਤਾਂ ਉਸ ਬੱਚੇ ਨੇ ਹਨਾ ਸਾਰੇ ਪਰਿਵਾਰ ਨੂੰ ਪਛਾਣ ਲਿਆ ਜਦੋਂ ਕਹਿੰਦੇ ਉਹ ਸਾਰੇ ਪਰਿਵਾਰ ਨੂੰ ਨੇ ਪਛਾਣਿਆ ਕਿ ਆ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਬੱਚੇ ਆ ਮੇਰੀ ਪਤਨੀ ਆ ਤੇ ਮੈਂ ਇਸ ਤਰ੍ਹਾਂ ਹੈਗਾ ਉਹ ਜਿਹੜਾ ਬੱਸੀ ਪਠਾਨਾ ਦਾ ਪਰਿਵਾਰ ਸੀਗਾ ਬੜਾ ਖੁਸ਼ ਹੋਇਆ ਸੀਗਾ ਉਹਨਾਂ ਨੇ ਫਿਰ ਹਨਾ ਇਹ ਜਿੱਥੇ ਬੱਚੇ ਨੇ ਜਨਮ ਲਿਆ ਸੀਗਾ ਕਿਉਂਕਿ ਤਿੰਨਾ ਭਰਾਵਾਂ ਦਾ ਇੱਕ ਜਿਹੜਾ ਭਰਾ ਸੀਗਾ ਜਿਹੜਾ ਮਰ ਕੇ ਜਮਾ ਆਪਣੇ ਜ਼ਿੰਦਾ ਹੋਇਆ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਰਿਵਾਰ ਨੂੰ ਮਨਾ ਕੇ ਤੇ ਉਹ ਬੱਚੇ ਨੂੰ ਉਹਨਾਂ ਬੱਸੀ ਪਹਟਾਣਾ ਲੈ ਗਏ ਜਦ ਬੱਸੀ ਪਹਟਾਣਾ ਲਗਾਇਆ ਤੇ ਇਹ ਘਟਨਾ ਜਿਹੜੀ ਸੀ ਉਹ ਕਾਫੀ ਉਸ ਟਾਈਮ ਪ੍ਰਚਲਿਤ ਹੋਈ ਸੀ ਫਿਰ ਉਸ ਟਾਈਮ ਬੱਸੀ ਪਹਟਾਣਾ ਦੇ ਵਿੱਚ ਉਸ ਜਿਹੜਾ ਪਰਿਵਾਰ ਸੀਗਾ ਉਹਦੇ ਕਈ ਰਿਸ਼ਤੇਦਾਰ ਵੀ ਘਰ ਤੇ ਇਕੱਠੇ ਹੋਏ ਤੇ ਕਈ ਮਿੱਤਰ ਵੀ ਆਏ ਤਾਂ ਫਿਰ ਉਸ ਬੱਚੇ ਨੇ 4 ਸਾਲ ਦੇ ਨੇ ਆਪਣੇ ਜਿਹੜੇ ਰਿਸ਼ਤੇਦਾਰ ਸੀ ਤੇ ਮਿੱਤਰਾਂ ਸਾਰਿਆਂ ਨੂੰ ਪਛਾਣ ਲਿਆ ਸੀ ਤੇ ਆਪਣੇ ਬੱਚਿਆਂ ਦੀ ਜਿਹੜਾ ਸੀਗਾ ਉਹ ਪਛਾਣ ਕੇ ਹਨਾ ਤੇ ਫਿਰ ਉਹਨਾਂ ਦੇ ਨਾਲ ਗੱਲ ਲਾ ਕੇ ਮਿਲਿਆ ਸੀਗਾ ਸੇ ਘਟਨਾ ਜਿਹੜੀ ਸੀ ਨਾ ਬੜੀ ਮਤਲਬ ਐਸੀ ਅਚਾਰਜ ਹੈਗੀ ਆ ਕਿ ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦੀ ਫਿਰ ਦਰਸਰ ਗੱਲ ਇਹ ਆ ਕਿ ਪਾਈ ਸਾਹਿਬ ਪਾਈ ਹਰਪੰਸ ਸਿੰਘ ਸੋਢੀ ਹੁਣਾਂ ਨੂੰ ਜਦ ਇਸ ਘਟਨਾ ਦਾ ਪੂਰਾ ਪਤਾ ਲੱਗਾ ਸੀ ਕਿ ਸੈਕਿੰਡ ਹੀ ਅਸੀਂ ਹਨ ਆਪਣੇ ਹਿਸਾਬ ਦੇ ਨਾਲ ਆਪਣੀ ਗੁਰਮਤਿ ਵਿਧੀ ਦੇ ਅਨੁਸਾਰ ਜੋ ਵਾਹਿਗੁਰੂ ਨੇ ਸਾਨੂੰ ਸੋਚ ਦਿੱਤੀ ਹੈ ਉਹਦੇ ਅਨੁਸਾਰ ਕਹਿੰਦੇ ਅਸੀਂ ਇਸ ਚੀਜ਼ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਸਾਨੂੰ ਕਹਿੰਦੇ ਅਸੀਂ ਜੋ ਇਸ ਵਿੱਚ ਹੱਲ ਕੱਢਿਆ ਹੈਗਾ ਇਸ ਪੁਨਰ ਜਨਮ ਦੇ ਅੰਦਰ ਉਹ ਹੱਲ ਇਹ ਹੈਗਾ ਕਿ ਜਦ ਉਸ ਡਰਾਈਵਰ ਦਾ ਐਕਸੀਡੈਂਟ ਹੋਇਆ ਸੀਗਾ ਹਨਾ ਤਾਂ ਉਹ ਅਮਰਤ ਵੇਲੇ ਹੋਇਆ ਸੀਗਾ ਜਦ ਅਮਰਤਵੈਲੇ ਹੋਇਆ ਸੀਗਾ ਤਾਂ ਇਹ ਜਿਹੜਾ ਬੱਚਾ ਸੀਗਾ ਰਾਤ ਦਾ ਮਰਿਆ ਪਿਆ ਸੀਗਾ ਤਿੰਨਾਂ ਭਣਾਂ ਦਾ ਖਲੋਤਾ ਭਰਾ ਸੀਗਾ ਇੱਧਰ ਤੇ ਉੱਧਰ ਜਦ ਉਹ ਜਿਹੜਾ ਡਰਾਈਵਰ ਸੀਗਾ ਉਹਦਾ ਜਦ ਐਕਸੀਡੈਂਟ ਹੋਇਆ ਸੀਗਾ ਉਸ ਟਾਈਮ ਉਹਦੀ ਰੂਹ ਜਿਹੜੀ ਸੀਗੀ ਉਹ ਅਮਰਤਵੈਲੇ ਜਿਹੜੀ ਸੀ ਸ਼ਹੀਦ ਸਿੰਘਾਂ ਦੀ ਹਾਜ਼ਰੀ ਸੀ ਉਹ ਜਿਹੜੀ ਰੂਹ ਸੀ ਉਹ ਸ਼ਹੀਦ ਸਿੰਘਾਂ ਦੇ ਜਿਹੜੀ ਹਨਾ ਪਕੜਦੇ ਬਚਾ ਗਏ ਜਾਂ ਨਜ਼ਰ ਦੇ ਬਚਾ ਗਏ ਤੇ ਸ਼ਹੀਦ ਸਿੰਘਾਂ ਨੇ ਉਹਦੀ ਰੂਹ ਨੂੰ ਕਾਬੂ ਕਰ ਲਿਆ ਜਦ ਉਹਦੀ ਰੂਹ ਕਾਬੂ ਹੋਈ ਆ ਉਹ ਕੁਦਰਤੀ ਜਦੋਂ ਇਹਨਾਂ ਦੇ ਪਰਿਵਾਰ ਦੇ ਕੋਲੋਂ ਦੀ ਸ਼ਹੀਦ ਸਿੰਘ ਲੰਘਣ ਲੱਗੇ ਤੇ ਇਹ ਜਿਹੜਾ ਪਰਿਵਾਰ ਸੀਗਾ ਜਿਹਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਜਿਹੜਾ ਗੁਜ਼ਰ ਗਿਆ ਸੀਗਾ ਇਹ ਪਰਿਵਾਰ ਉੱਚੀ ਉੱਚੀ ਰੋ ਰਿਹਾ ਸੀਗਾ ਕਿ ਸਾਨੂੰ ਰੱਬ ਨੇ ਇੱਕੋ ਇੱਕ ਲੜਕਾ ਦਿੱਤਾ ਹੈਗਾ ਤੇ ਦੇਖੋ ਵੀ 4 ਸਾਲ ਦੇ ਵਿੱਚ ਪੂਰਾ ਹੋ ਗਿਆ ਹੈ ਉਹ ਦੱਸਦੇ ਆ ਵੀ ਫਿਰ ਸ਼ਹੀਦ ਸਿੰਘਾਂ ਨੂੰ ਤਰਸ ਆ ਗਿਆ ਉਹਨਾਂ ਨੇ ਉਸ ਜਿਹੜਾ ਡਰਾਈਵਰ ਸੀਗਾ ਜਿਹਦੀ ਰੂਹ ਉਹਨਾਂ ਦੇ ਕਬਜ਼ੇ ਵਿੱਚ ਸੀ ਉਸ ਰੂਹ ਨੂੰ ਉਹਨਾਂ ਨੇ 4 ਸਾਲ ਦੇ ਬੱਚੇ ਦੇ ਵਿੱਚ ਐਂਟਰ ਕਰ ਦਿੱਤਾ ਤੇ ਜਿਹਦੇ ਕਰਕੇ ਉਹ ਬੱਚਾ ਦੁਬਾਰਾ ਫਿਰ ਜਾਂਦਾ ਹੋ ਗਿਆ ਦੇਖੋ ਕੱਡੀ ਹੈਰਾਨੀ ਦੀ ਗੱਲ ਹੈਗੀ ਆ ਇਸ ਤਰ੍ਹਾਂ ਵੀ ਹਨ ਜੋ ਕੁਦਰਤੀ ਘਟਨਾਵਾਂ ਹੈਗੀਆਂ ਉਹ ਇਸ ਤਰ੍ਹਾਂ ਵੀ ਹੋ ਜਾਂਦੀਆਂ ਕਿਉਂਕਿ ਬ੍ਰਹਿਮੰਡ ਦੇ ਵਿੱਚ ਜਿਹੜੀਆਂ ਸ਼ਕਤੀਆਂ ਖਾਸ ਕਰਕੇ ਸ਼ੀਤ ਸਿੰਘ ਵਿਚਰਦੇ ਉਹ ਸਭ ਨਾਲ ਗੱਲਾਂ ਸਮਰੱਥ ਹੁੰਦੇ ਆ ਦੇਖੋ ਬੱਚਾ ਤਾਂ ਭਾਵੇਂ 4 ਸਾਲ ਦਾ ਹੈਗਾ ਪਰ ਉਹ ਐਕਸੀਡੈਂਟ ਦੇ ਵਿੱਚ ਮਰਿਆ ਜਿਹੜਾ ਡਰਾਈਵਰ ਸੀਗੀ ਉਹਦੀ ਰੂਹ ਨੂੰ 4 ਸਾਲ ਦੇ ਬੱਚੇ ਦੇ ਖੋਲ ਦੇ ਵਿੱਚ ਸ਼ੀਤ ਸਿੰਘਾਂ ਨੇ ਪਵਾਤਾ ਸੀਗਾ ਜਿਸ ਕਰਕੇ ਉਹ ਬੱਚਾ ਜਿਹੜਾ ਸੀ ਜਦ ਮਰ ਕੇ ਜਾਂਦਾ ਹੋਇਆ ਸੀ ਹੁਣ ਕਰਦੇ ਨੇ ਕਿ ਸਾਡਾ ਹੀ ਬੱਚਾ ਹੈਗਾ ਪਰ ਰੂ ਉਹਦੀ ਟਰੈਕ ਟ੍ਰੈਵਲ ਦੀ ਜਿਹੜੀ ਸੀਤ ਸਿੰਘਾਂ ਨੇ ਉਹਦੇ ਸਰੀਰ ਦੇ ਵਿੱਚ ਦਾਖਲ ਕਰ ਦਿੱਤੀ ਸੀ। ਉਹਦੇ ਵਿੱਚ ਉਹਨੂੰ ਜਾਤ ਹੈਗਾ ਕਿ ਮੈਂ Shimla ਤੋਂ ਜਦਾ ਆ ਰਿਹਾ ਸੀ ਕਿਹਾ ਤਾਂ ਕਲਕੱਤੇ ਲੱਗੇ ਮੇਰਾ ਐਕਸੀਡੈਂਟ ਹੋ ਗਿਆ ਸਗਾ ਤੇ ਮੈਂ ਬੱਸੀ ਪਠਾਨਾਂ ਦੇ ਰਹਿਣ ਵਾਲਾ ਹੈਗਾ ਤੇ ਮੇਰਾ ਪਰਿਵਾਰ ਇਹ ਹੈਗਾ। ਇਸ ਕਰਕੇ ਸਾਰੀ ਜਿਹੜੀ ਘਟਨਾ ਸੀ ਹਨਾ ਉਹ ਇਸ ਤਰ੍ਹਾਂ ਹੋਈ ਸੀਗੀ। ਦੇਖੋ ਉਹ ਜਿਹੜਾ ਬੱਚਾ ਸਗਾ ਜਦੋਂ ਉਹਨੇ ਬਾਕੀ ਬੱਸੀ ਪਠਾਨਾਂ ਜਾ ਕੇ ਉਹ ਉਸ ਜਿਹੜੇ ਪਰਿਵਾਰ ਦੇ ਵਿੱਚ ਉਹਦਾ ਜਾਨੀ ਕਿ ਸੰਜੋਗ ਸਗਾ ਇਸ ਐਕਸੀਡੈਂਟ ਤੋਂ ਪਹਿਲਾਂ ਦਾ ਉਹ ਦੇਖੋ ਸੰਜੋਗ ਨੇ ਹਨਾ ਦੋਨੋਂ ਪਰਿਵਾਰਾਂ ਦੇ ਵਿੱਚ ਜਿਹੜਾ ਸਗਾਵਣਾ ਦਾ ਆਉਣ ਜਾਣ ਕਰ ਦਿੱਤਾ ਸੀਗਾ ਇਹ ਸਾਰਾ ਜਿਹੜਾ ਚਮਤਕਾਰ ਆ ਨਾ ਇੱਕ ਨਹੀਂ ਇਨੇਕ ਤਰ੍ਹਾਂ ਦਾ ਜਿਹੜਾ ਹੈਗਾ ਉਹ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਲੇਕਿਨ ਇਹ ਸਭ ਜਿਹੜੇ ਕਾਰਨਾਮੇ ਹਨਾ ਇਹ ਉਹਨਾਂ ਦੀ ਸਮਝ ਦੇ ਵਿੱਚ ਆਉਂਦੇ ਆ ਜਿਹੜੀਆਂ ਗੁਰਮੁਖ ਰੂਹਾਂ ਜਿਹੜੀਆਂ ਹਨਾ ਕਮਾਈ ਵਾਲੀਆਂ ਹੁੰਦੀਆਂ ਇਸ ਤਰ੍ਹਾਂ ਭਾਈ ਸਾਹਿਬ ਭਾਈ ਹਰਪੰਸ ਸਿੰਘ ਛੋਡੀ ਜਿਹੜੇ ਹੈ ਉਹਨਾਂ ਨੇ ਇੱਕ ਹੋਰ ਘਟਨਾ ਜਿਹੜੀ ਸੀ ਅਮਰਸਰ ਦੀ ਦੱਸੀ ਕਿ ਉਹਨਾਂ ਦੀ ਇੱਕ ਜਿਹੜੀ ਹਨਾ ਭੈਣ ਜੀ ਆ ਉਹ ਅਮਰਸਰ ਬੈਹ ਹੋਈ ਸੀ ਤੇ ਉਹਨਾਂ ਦੇ ਲਾਗੇ ਇੱਕ ਨਾ Hindu ਪਰਿਵਾਰ ਰਹਿੰਦਾ ਸੀਗਾ ਤੇ ਉਹਨਾਂ ਦੇ ਪਰ Hindu ਪਰਿਵਾਰ ਦੇ ਵਿੱਚ 3-4 ਸਾਲ ਦੀ ਇੱਕ ਬੇਟੀ ਬੱਚੀ ਸੀਗੀ ਜੋ ਬੱਚੀ ਜਿਹੜੇ ਨਾ ਅਕਸਰ ਕਹਿਆ ਕਰਦੇ ਸੀਗੇ ਕਿ ਅਗਰ ਮੈਨੂੰ ਤੁਸੀਂ ਡਾਟੂਗੇ ਮੈਨੂੰ ਤੰਗ ਕਰੋਗੇ ਹਨਾ ਤੇ ਮੈਂ ਆਪਣੇ ਫਿਰ ਨਾ ਡਿਪਟੀ ਪਾਸ ਚਲੀ ਜਾਣਾ ਹੈਗਾ ਉਹ ਵਾਰ-ਵਾਰ ਇਹੋ ਹੀ ਕਹਿੰਦੀ ਸੀਗੀ ਪਰ ਇੱਕ ਵਾਰ ਜਦੋਂ ਪਰਿਵਾਰ ਹਰਦਵਾਰ ਤੋਂ ਜਿਹੜਾ ਸੀਗਾ ਆਪਣੇ ਜੇ ਘਰ ਜਿਹੜਾ ਸੀ ਅੰਮ੍ਰਿਤਸਰ ਆ ਰਿਹਾ ਸੀਗਾ ਰਸਤੇ ਵਿੱਚ ਜਾ ਲੁਧਿਆਣੇ ਗੱਡੀ ਰੁਕੀ ਹਨਾ ਤੋ ਉਸ ਟਾਈਮ ਜਿਹੜੇ ਗਾਰਡ ਸੀਗੇ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਲੁਧਿਆਣਾ ਆ ਗਿਆ ਹੈ ਜਿੰਨੇ ਉੱਤਰਨਾ ਉੱਤਰ ਜਾਓ ਉਹ ਬੱਚੀ ਉਸ ਟਾਈਮ ਜਾਗਦੀ ਸੀ ਜਦ ਬੱਚੀ ਨੂੰ ਪਤਾ ਲੱਗਾ ਕਿ ਲੁਧਿਆਣਾ ਆ ਗਿਆ ਤੇ ਉਹ ਉੱਚੀ ਉੱਚੀ ਜੋਂਨ ਚ ਆਪਣੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਆਪਣੇ ਹੁਣ ਡਿਊਟੀ ਪਾਸ ਚੱਲੀ ਹਾਂ ਮੈਂ ਆਪਣੇ ਡਿਊਟੀ ਪਾਸ ਚਲੀ ਜਾਣਾ ਹੈਗਾ ਪਰ ਕਹਿੰਦੇ ਫਿਰ ਉਹ ਜਿਹੜੇ ਘਰ ਦੇ ਪਰਿਵਾਰ ਸੀ ਜਦੋਂ ਬੱਚੀ ਜੱਠ ਨੇ ਗੱਡੀ ਚੋਂ ਉੱਤਰ ਕੇ ਜਦ ਬਾਹਰ ਨੱਠਣ ਲੱਗੀ ਤੁਹਾਡੇ ਘਰ ਦੇ ਪਰਿਵਾਰਾਂ ਨੇ ਬੱਚੀ ਨੂੰ ਬੜੀ ਮੁਸ਼ਕਲ ਦੇ ਨਾਲ ਫੜਿਆ ਤੇ ਫੜ ਕੇ ਫਿਰ ਗੱਡੀ ਵਿੱਚ ਬਿਠਾ ਲਿਆ ਸੀਗਾ ਫਿਰ ਭਾਈ ਸਾਹਿਬ ਪਹਿਰਪਰਨ ਸਿੰਘ ਛੋਡੀ ਹੋਣਾ ਨੇ ਜਾਨੀ ਕਿ ਉਹ ਉਸ ਬੱਚੀ ਦੇ ਉੱਤੇ ਖੋਜ ਕੀਤੀ ਸੀ ਫਿਰ ਉਹਨੂੰ ਪੁੱਛਿਆ ਸੀਗਾ ਵੀ ਇਹ ਜਿਹੜਾ ਡਿਪਟੀ ਹੈ ਜਿਹੜੀ ਤੂ ਬਾਜਾ ਮਾਰਦੀ ਹੈਗੀਆਂ ਕੌਣ ਹੈਗਾ ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਬੱਚੀ ਨੇ ਭਾਈ ਸਾਹਿਬ ਦੀ ਦੀ ਭੈਣ ਜੀ ਦੇ ਸਾਹਮਣੇ ਇਹ ਗੱਲ ਮੰਨੀ ਸੀਗੀ ਕਿ ਕੋਈ ਜਿਹੜਾ ਔਰਤ ਹੈਗੀ ਕਿ ਆਪਣੇ ਪਤੀ ਦਾ ਕਦੀ ਨਾਮ ਲੈਂਦੀ ਹੈ ਇਸ ਕਰਕੇ ਕਹਿੰਦੀ ਮੈਂ ਡਿਪਟੀ ਆਖਦੀ ਹਾਂ ਫਿਰ ਉਹਨੇ ਦੇਖੋ ਭਾਈ ਸਾਹਿਬ ਹੁਣਾਂ ਨੇ ਫਿਰ ਉਸ ਬੱਚੀ ਤੋਂ ਜਿਹੜਾ ਸੇ ਪੁੱਛਿਆ ਵੀ ਫਿਰ ਸਮਝਾ ਦੱਸ ਬੇ ਤੇਰੇ ਘਰ ਦਾ ਜਾਂ ਕੋਈ ਹੁਰੀ ਆ ਜਾਂ ਕੀ ਹਿਸਾਬ ਕਿਤਾਬ ਹੈ ਕੋਈ ਸਾਨੂੰ ਐਡਰੈਸ ਜਾਂ ਸਨੇਹਾ ਦੇ ਫਿਰ ਉਹ ਬਸੀ ਬੱਚੀ ਨੇ ਨਾ ਘਰ ਦਾ ਹੁਰੇ ਆ ਹੁਰੀਆ ਦੱਸਿਆ ਸੇ ਗੱਲ ਲਾਦੇ ਆਣੇ ਦਾ ਕਿ ਸਾਡਾ ਜਿਹੜਾ ਘਰ ਦਾ ਮਕਾਨ ਇਸ ਤਰ੍ਹਾਂ ਹੈਗਾ ਤੇ ਉਹਦਾ ਨੰਬਰ ਆ ਹੈਗਾ ਤੇ ਉਹਨਾਂ ਦੇ ਕੋਲ ਇੱਕ ਪੁਰਾਣੀ ਕਾਰ ਵੀ ਆ ਘਰ ਦੇ ਵਿੱਚ ਰੱਖੀ ਤੇ ਉਹਦਾ ਵੀ ਨੰਬਰ ਇਹ ਇਹ ਹੈਗਾ ਜਦ ਇੰਨੀ ਗੱਲ ਹੋਈ ਸੀ ਤੇ ਫਿਰ ਭਾਈ ਸਾਹਿਬ ਹੁਣਾਂ ਨੇ ਉਸ ਬੱਚੀ ਨੂੰ ਪਰਖਣ ਵਾਸਤੇ ਹਨਾ ਇੱਕ ਕੋਈ ਪੁਰਾਣੀ ਜਿਹੜੀ ਚਿੱਠੀ ਸੀ ਜੀ ਉਹ ਬੱਚੀ ਦੇ ਹੱਥ ਫੜਾਤੀ ਫੜਾ ਕੇ ਕਹਤਾ ਕਿ ਤੇਰੀ ਡਿਪਟੀ ਦੀ ਚਿੱਠੀ ਆਈ ਆ ਤੇ ਜਿਹੜਾ ਡਿਪਟੀ ਆ ਤੈਨੂੰ ਮਿਲਣਾ ਆ ਰਿਹਾ ਹੈਗਾ ਦੇਖੋ ਬੱਚੀ ਇੰਨੀ ਖੁਸ਼ ਹੋਈ ਉਸ ਟਾਈਮ ਭੱਜ ਕੇ ਆਪਣੀ ਮਾਂ ਕੋਲ ਗਈ ਕਹਿਣ ਲੱਗੀ ਕਿ ਮੇਰੀਆਂ ਹਨ ਦੋ ਗੁੱਤਾਂ ਕਰਦੇ ਪਰ ਕਿਉਂਕਿ ਉਹਦੀ ਮਾਂ ਨੇ Hindu ਪਰਿਵਾਰ ਹੋਣ ਕਰਕੇ ਉਹ ਬੱਚੀ ਦੇ ਜੜੇ ਇੱਕ ਕਿ ਐਸਾ ਸੀ ਕਿ ਉਹਦੇ ਪਟੇ ਰਖੇ ਹੋਏ ਸੀ ਫਿਰ ਉਹਨੂੰ ਗੁੱਤਾ ਕਰਨੀ ਸੱਕਦੀ ਪਰ ਬੱਚੀ ਤੇ ਜਿੱਦ ਕਰਦੇ ਤੇ ਉਹਦੀ ਮਾਂ ਨੇ ਹਨਾ ਜੋ ਕੁ ਗੁੱਤਾਂ ਜਿਹੜੀਆਂ ਸੀਗੀਆਂ ਉਹਨਾਂ ਬ ਵਾਲਾਂ ਦੀਆਂ ਪਟੀਆਂ ਦੀਆਂ ਬਣਾ ਕੇ ਉਹਦੇ ਕਰ ਦਿੱਤੀਆਂ ਉਹ ਚੁੰਨੀ ਜਿਹੜੀ ਸੀ ਲੈ ਕੇ ਬੈਠ ਗਈ ਜਦ ਵੀ ਕੋਈ ਹਨਾ ਗੜੀ ਚ ਤੰਗ ਆਉਂਦਾ ਕੋਈ ਚੀਜ਼ ਆਉਂਦੀ ਬੱਚੀ ਵਾਰ-ਵਾਰ ਬਾਰ ਝਾਕਦੀ ਦੇਖਦੀ ਪਰ ਜਦ ਸ਼ਾਮ ਪੈ ਗਈ ਤੇ ਉਹਨੇ ਦੇਖਿਆ ਕਿ ਕੋਈ ਜਿਹੜਾ ਹਨਾ ਘਰ ਦੇ ਵਿੱਚ ਕੋਈ ਪਰੋਣਾ ਨਹੀਂ ਆਇਆ ਜ ਖਾਸ ਕਰਕੇ ਉਹਦਾ ਡਿਊਟੀ ਘਰ ਦੇ ਵਿੱਚ ਨਹੀਂ ਆਇਆ ਫੇਰ ਉਹਨੇ ਹਨਾ ਭਾਈ ਸਾਹਿਬ ਭਾਈ ਹਰਪ੍ਰਿੰਦ ਸਿੰਘ ਛੋੜੀ ਨੂੰ ਜਿਹੜਾ ਸੀ ਇੱਕ ਬੱਚੀ ਨੇ ਸਵਾਲ ਕੀਤਾ ਸੀਗਾ ਉਹਦੇ ਵਿੱਚ ਉਹਨੇ ਪੁੱਛਿਆ ਸੀਗਾ ਕਿ ਤੁਸੀਂ ਜਿਹੜੀ ਚਿੱਠੀ ਕਹਿੰਦੇ ਸੀ ਕਿ ਕਿਤਾ ਮੇਰੀ ਤੁਹਾਡੇ ਡਿਊਟੀ ਦੀ ਚਿੱਠੀ ਮੈਨੂੰ ਦਿਖਾ ਲਓ ਕਿ ਇਹ ਚਿੱਠੀ ਕਿਹੜੀ ਆ ਮੈਨੂੰ ਇਹ ਚਿੱਠੀ ਦੇਖਣਾ ਚਾਹੀਦੀ ਆ ਜਦੋਂ ਭਾਈ ਸਾਹਿਬ ਉਹਨਾਂ ਨੇ ਪੁਰਾਣੀ ਚਿੱਠੀ ਉਹਦੇ ਜਿਹੜੇ ਸਾਹਮਣੇ ਖੋਲੀ ਤਾਂ ਬੱਚੀ ਨੇ ਉੱਚੀ ਰੋਣਾ ਸ਼ੁਰੂ ਕਰਤਾ ਕਰ ਦਿੱਤਾ ਤੇ ਨਾਲੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਚਿੱਠੀ ਹੈਗੀ ਆ ਨਕਲੀ ਆ ਕਿਉਂਕਿ ਮੇਰੇ ਡਿਊਟੀ ਦੀ ਲਿਖਾਈ ਜਿਹੜੀ ਹਨਾ ਇਸ ਚਿੱਠੀ ਦੇ ਨਾਲ ਨਹੀਂ ਮਿਲਦੀ ਇਸ ਕਰਕੇ ਤੁਸੀਂ ਹਨਾ ਮੈਨੂੰ ਝੂਠੀ ਚਿੱਠੀ ਪਾਤੀ ਆ ਫਿਰ ਉਹ ਬੱਚੀ ਜਿਹੜੀ ਸੀ ਉਹ ਭਾਈ ਸਾਹਿਬ ਹਰਪਜਨ ਸਿੰਘ ਦੀ ਛੋਡੀ ਦੀ ਭੈਣ ਦੇ ਘਰ ਲੈ ਕੇ ਬੜਾ ਰੋਈ ਸੀ ਫਿਰ ਭਾਈ ਸਾਹਿਬ ਹੁਣੇ ਕਹਿਣ ਲੱਗੇ ਕਿ ਮੈਨੂੰ ਫਿਰ ਇਸ ਗੱਲ ਦੇ ਉੱਤੇ ਯਕੀਨ ਹੋਇਆ ਕਿ ਜਰੂਰ ਕੋਈ ਐਸੀ ਘਟਨਾ ਹੈਗੀ ਜਿਹੜੀ ਇਹਦੇ ਪੂਰਵਲੇ ਜਨਮ ਨਾਲ ਸੰਬੰਧਿਤ ਹੈ ਫਿਰ ਭਾਈ ਸਾਹਿਬ ਕਹਿੰਦੇ ਕਿ ਮੈਨੂੰ ਇੱਕ ਜ਼ਰੂਰੀ ਕੰਮ ਲਾਹੌਰ ਜਾਣਾ ਪਿਆ ਜਦ ਮੈਂ ਲਾਹੌਰ ਤੋਂ ਬਾਅਦ ਉਸ ਪਰਿਵਾਰ ਬਾਰੇ ਜਾ ਕੇ ਜਦ ਲੁਧਿਆਣੇ ਜਿਹੜੀ ਸੀ ਉਹ ਪੁਸ਼ਪ ਪੜਤਾਲ ਖੋਜ ਕੀਤੀ ਫਿਰ ਕਹਿੰਦੇ ਮੈਨੂੰ ਪਤਾ ਲੱਗਾ ਕਿ ਉਹ ਜਿਹੜਾ ਪਰਿਵਾਰ ਵਾ ਹਨਾ ਜਿਹੜਾ ਐਡਰੈਸ ਉਸ ਬੱਚੀ ਨੇ ਦਿੱਤਾ ਸੀਗਾ ਉਹ ਜਿਹੜਾ ਐਡਰੈਸ ਦਿੱਤਾ ਸੀਗਾ ਉਹ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਆਪਣਾ ਜੋ ਪੁਰਾਣਾ ਮਕਾਨ ਸੀਗਾ ਹਨਾ ਉਹ ਸਾਰਾ ਜਿਹੜਾ ਸੀਗਾ ਉਹ ਵੇਚ ਕੇ ਦੂਸਰੇ ਨੂੰ ਦੇ ਕੇ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਗਿਆ ਸੀਗਾ ਸੋ ਇੱਕ ਹੋਰ ਘਟਨਾ ਹਨਾ ਭਾਈ ਸਾਹਿਬ ਹੁਣਾਂ ਨੇ ਇਹ ਦੱਸੀ ਸੀ ਉਹਨਾਂ ਨੇ ਖਾਸ ਕਰਕੇ ਆਪਣੀ ਭੈਣ ਜੀ ਦੀ ਦੱਸੀ ਸੀ ਕਿ ਕਿ ਮੇਰੀ ਆਪਣੀ ਜਿਹੜੀ ਇਹ ਭੈਣ ਦੀ ਬੱਚੀ ਸੀਗੀ ਹਨਾ ਉਹ ਵੀ ਉਹਨੇ ਦੱਸਿਆ ਸੀ ਕਿ ਜਦੋਂ 3 ਸਾਲ ਦੀ ਹੋਈ ਸੀ ਉਹਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਮੈਂ ਰਿਆਸਤ ਜੀਤ ਦੀ ਜਿਹੜੀ ਹੈ ਨਾ ਰਾਣੀ ਹੈਗੀ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਕਹਿੰਦੇ ਵੀ ਸਾਡੀ ਜਿਹੜੀ ਭੈਣ ਸੀਗੀ ਜਦ ਉਹਨੂੰ ਕੱਪੜੇ ਪਣਾਉਂਦੀ ਹੁੰਦੀ ਸੀ ਤਾਂ ਉਹ ਬੱਚੀ ਜਿੱਦ ਕਰਦੀ ਹੁੰਦੀ ਸੀ ਵੀ ਤੁਹਾਡੇ ਜਿਹੜੇ ਕੱਪੜੇ ਹਨਾ ਇਹ ਗੰਦੇ ਹੈਗੇ ਆ ਤੁਹਾਡਾ ਘਰ ਵੀ ਗੰਦਾ ਹੈਗਾ ਤੁਹਾਡੇ ਬਿਸਤਰੀ ਵੀ ਗੰਦੇ ਹੈਗੇ ਆ ਬਸ ਉਹ ਇੰਨਾ ਕਹਿੰਦੀ ਹੁੰਦੀ ਸੀ ਕਿ ਰਿਆਸਤ ਜੀਤ ਦੀ ਮੈਂ ਰਾਣੀ ਹੈਗੀ ਆ ਪਾਈ ਸਾਹਿਬ ਹੁਣੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਇੱਕ ਵਾਰ ਕੀ ਹੋਇਆ ਸੀਗਾ ਤੇ ਅਸੀਂ ਇਹ ਤਾਂ ਘਰ 'ਚ ਬੈਠੇ ਸੀਗੇ ਉਹ ਬੱਚੀ ਜਿਹੜੀ ਸੀ ਉਹ ਖੇਡ ਰਹੀ ਸੀ ਕਹਿੰਦੇ ਅਸੀਂ ਉਹਨੂੰ ਇਹ ਕਹਿਤਾ ਕਿ ਇਹ ਜੀਤ ਜਿਹੜਾ ਰਿਆਸਤ ਹੈਗੀ ਆ ਉਹ ਨਾ ਟਾਈਮ ਬਚੋਦ ਵਿੱਚ ਹੜ ਆਇਆ ਸੀਗਾ ਕਹਿੰਦੇ ਅਸੀਂ ਕਹਿਤਾ ਕਿ ਉੱਥੇ ਹੜ ਆ ਗਿਆ ਹੈ ਤੇ ਜੀਤ ਰਿਆਸਤ ਦਾ ਬੜਾ ਭੜੀ ਨੁਕਸਾਨ ਹੋਇਆ ਹੈ ਇਹ ਸੁਣ ਕੇ ਜਿਹੜੀ ਬੱਚੀ ਸੀ ਉਹ ਪੂਰੀ ਤਰ੍ਹਾਂ ਕੰਬ ਗਈ ਸੀ ਤੇ ਇਸੇ ਹੀ ਯਾਨੀ ਕਿ ਡਰ ਦੇ ਵਿੱਚ ਉਸ ਬੱਚੀ ਦੀ ਜਿਹੜੀ ਸੀ ਉਹ ਮੌਤ ਵੀ ਹੋ ਗਈ ਸੀ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਨਹੀਂ ਇਸ ਤਰ੍ਹਾਂ ਦੀਆਂ ਨੇਕਾਂ ਜਿਹੜੀਆਂ ਘਟਨਾਵਾਂ ਹੈਗੀਆਂ ਪਿਛਲੇ ਜਨਮ ਦੀਆਂ ਜਾਂ ਉਹ ਰੂਹਾਂ ਜਿਹਨਾਂ ਦਾ ਕਿਸੇ ਐਕਸੀਡੈਂਟ ਦੇ ਨਾਲ ਜਿਹੜੀ ਇਹ ਮੌਤ ਹੋ ਜਾਂਦੀ ਆ ਜਾਂ ਕਿਸੇ ਹੋਰ ਨਕਾਰਨ ਕਰਕੇ ਹੋ ਜਾਂਦੀ ਆ ਜਾਂ ਆਮ ਆਪਾਂ ਦੇਖਦੇ ਨੇ ਕਿ ਕਈ ਜਿਹੜੇ ਬੱਚੇ ਹੈਗੇ ਉਹ ਖੁਦਕਸ਼ੀ ਕਰ ਲੈਂਦੇ ਆ ਪਰ ਬਹੁਤ ਸਾਰੇ ਅਸੀਂ ਦੇਖਦੇ ਆਂ ਕਿ ਆਮ ਕਰਕੇ ਕਈ ਰੂਹਾਂ ਜਿਹੜੀਆਂ ਐਸੇ ਹੈਗੀਆਂ ਜਿਹੜੀਆਂ ਭੂਤ ਪ੍ਰੇਤਾਂ ਦੇ ਜਿਹੜੇ ਹਨ ਉਹ ਕਬਜ਼ੇ ਦੇ ਵਿੱਚ ਆ ਜਾਂਦੀਆਂ ਤੇ ਉਸ ਦੁਨੀਆ ਦੇ ਵਿੱਚ ਜਿਹੜੀਆਂ ਉਹ ਚਲੀਆਂ ਜਾਂਦੀਆਂ ਪਰ ਕਿ ਚੰਗੀਆਂ ਐਸੀਆਂ ਗੁਰਮੁਖ ਰੂਹਾਂ ਹੈਗੀਆਂ ਜਿਹੜੀਆਂ ਸ਼ਹੀਦ ਸਿੰਘਾਂ ਦੀ ਪਕੜ ਦੇ ਵਿੱਚ ਆ ਜਾਂਦੀਆਂ ਹੈਗੀਆਂ ਤਾਂ ਫਿਰ ਜਿਹੜੇ ਸ਼ਹੀਦ ਸਿੰਘ ਹਨ ਉਹ ਉਸ ਰੂਹ ਜਿਹੜੀ ਖਾਸ ਕਰਕੇ ਪਵਿੱਤਰ ਰੂਹ ਹੁੰਦੀ ਆ ਉਸ ਨੂੰ ਜਿਹੜੀ ਹਨ ਪਕੜ ਦੇ ਵਿੱਚ ਲੈ ਲੈਂਦੀ ਆ ਪਕੜ ਦੇ ਵਿੱਚ ਲੈ ਕੇ ਤੇ ਫਿਰ ਐਸੇ ਜਿਹੜੇ ਹੈਗੇ ਆ ਉਹ ਸਰੀਰ ਜਾਂ ਨਵਾਂ ਜਨਮ ਜਿਹੜਾ ਹੈਗਾ ਉਹਨਾਂ ਨੂੰ ਮਿਲ ਜਾਂਦਾ ਹੈਗਾ ਕਿ ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਪੁਰਾਣੀਆਂ ਘਟਨਾਵਾਂ ਹਨੀਆਂ ਉਹਨਾਂ ਦੇ ਕੁਝ ਕੁ ਜਿਹੜੇ ਚਿੱਤਰ ਵਾ ਉਹਨਾਂ ਦੇ ਦਿਮਾਗ ਦੇ ਵਿੱਚ ਰਹਿ ਜਾਂਦੇ ਆ ਉਹ ਉਹਨਾਂ ਨੂੰ ਯਾਦ ਰਹਿ ਜਾਂਦੇ ਆ ਉਸੇ ਹਿਸਾਬ ਦੇ ਨਾਲ ਫਿਰ ਉਹ ਜਿਹੜੀਆਂ ਰੂਹਾਂ ਜਿਹੜੀਆਂ ਦੁਆਰਾ ਜਨਮ ਜਨਮ ਲੈ ਲੈਂਦੀਆਂ ਹੈਗੀਆਂ ਉਹ ਫਿਰ ਦੱਸਦੀਆਂ ਹੈਗੀਆਂ ਕਿ ਸਾਡਾ ਜਿਹੜਾ ਇਸ ਤਰ੍ਹਾਂ ਜਿਹੜਾ ਸਗਾ ਉਹ ਜਨਮ ਹੋਇਆ ਸਗਾ ਸਾਡਾ ਪਿੰਡ ਫਲਰਨਾ ਸਗਾ ਜਿਵੇਂ ਦਾਸ ਨੂੰ ਯਾਦ ਹੈ ਕਿ ਦਾਸ ਦੇ ਇੱਕ ਨਾਨਕੇ ਪਿੰਡ ਜਿਹੜੀ ਸੀ ਅਸੀ ਘਟਨਾ ਹੋਈ ਸੀ ਉਹਦੇ ਵਿੱਚ ਇੱਕ ਜਿਹੜਾ ਬੱਚਾ ਸਗਾ ਆਪਣੇ ਮਾਪੇ ਬਾਂ ਕਿਤੇ ਜਾ ਰਿਹਾ ਸਗਾ ਲੇਕਿਨ ਇੱਕ ਵਾਰ ਉਹ ਕਿਸੇ ਪਿੰਡ ਤੋਂ ਲੰਘ ਰਿਹਾ ਸਗਾ ਤੇ ਉਸ ਬੱਚੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆ ਜਿਹੜਾ ਸਕੂਲ ਆ ਹਨਾ ਇਸ ਪਿੰਡ ਦੇ ਵਿੱਚ ਇਸ ਸਕੂਲ ਦੇ ਵਿੱਚ ਮੈਂ ਪੜਿਆ ਹੋਇਆ ਹੈ ਤੇ ਉਹਨੇ ਵਾਕਿਆ ਜਿਹੜੇ ਸਕੂਲ ਦੇ ਕਮਰੇ ਸੀ ਹਨਾ ਜੋ ਨਿਸ਼ਾਨੀਆਂ ਦੱਸੀਆਂ ਸੀਗੀਆਂ ਉਸ ਬੱਚੇ ਨੇ ਉਹ ਨਿਸ਼ਾਨੀਆਂ ਵਾਕਿਆ ਜਦੋਂ ਖੋਜ ਦੇ ਵਿੱਚ ਪਤਾ ਕੀਤੀ ਉਹ ਬਿਲਕੁਲ ਜਿਹੜੀਆਂ ਸੀ ਉਹ ਪੂਰੀਆਂ ਨਿਕਲੀਆਂ ਪਰ ਉਸ ਬੱਚੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹਨੇ ਕਿਹਾ ਸੀ ਇਸੇ ਸਕੂਲ ਦੇ ਜਿਹੜਾ ਹਨਾ ਥੋੜੀ ਦੂਰ ਜਾ ਕੇ ਸਾਡਾ ਇਸੇ ਪਿੰਡ ਵਿੱਚ ਘਰ ਹੈਗਾ ਪਰ ਉਹ ਇਹ ਬੱਚਾ ਦੱਸਦਾ ਸੀਗਾ ਕਿ ਇਹ ਜਿਹੜਾ ਘਰ ਹੈਗਾ ਮੇਰੀ ਜਨ ਵਿੱਚ ਨਹੀਂ ਉਹਦਾ ਕਿ ਸਾਡਾ ਘਰ ਕਿਸਤੇ ਆ ਪਰ ਸਕੂਲ ਦਾ ਮੈਨੂੰ ਪੱਕਾ ਪਤਾ ਹੈਗਾ ਵੀ ਸਕੂਲ ਜਿਹੜਾ ਹਨ ਇਸ ਸਕੂਲ ਦੇ ਵਿੱਚ ਮੈਂ میٹرਕ ਕੀਤੀ ਹੈ ਮੈਂ 10ਵੀਂ ਪੜਿਆ ਹੈ ਇਸ ਤਰ੍ਹਾਂ ਦੀ ਇੱਕ ਨਹੀਂ ਇਹ ਨੇਕਾ ਘਟਨਾਵਾਂ ਸਾਨੂੰ ਜੜੀਆਂ ਹੈਗੀਆਂ ਉਹ ਸੁਣਨ ਦੇ ਵਿੱਚ ਮਿਲਦੀਆਂ ਹੈਗੀਆਂ ਆਪਾਂ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਭਾਈ ਸਵਾ ਭਾਈ ਸੰਸਿੰਘ ਮਸਕੀਨ ਹੋਣਾਂ ਨੂੰ ਵੀ ਇੱਕ ਬੀਬੀ ਨੇ ਜਿਹੜਾ ਸੀਗਾ ਉਹ ਇੱਕ ਜਿਹੜੀ ਪੁਸਤਕ ਜਿਹੜੀ ਬੜੀ ਮਹਿੰਗੀ ਪੂਰਨ ਜਨਮ ਦੀ ਸੀਗੀ ਉਹ ਭੇਟ ਕੀਤੀ ਸੀ ਉਹਦੇ ਵਿੱਚ ਵੀ ਹਨ ਭਾਈ ਸਾਹਿਬ ਹੁਣਾਂ ਨਹੀਂ ਜਾਣੀ ਕਿ ਕਈ ਐਸੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸਗਾ ਜਿੱਚੇ ਸਾਨੂੰ ਪਤਾ ਲੱਗਦਾ ਹੈਗਾ ਕਿ ਜਿਹੜੀ ਆਤਮਾ ਹੈਗੀ ਆ ਆਤਮਾ ਕਦੀ ਨਹੀਂ ਮਰਦੀ ਖਾਸ ਕਰਕੇ ਜਿਹੜੀ ਵਾਸ਼ਨਾ ਹੈਗੀਆਂ ਵਾਸ਼ਨਾ ਦੇ ਆਧਾਰ ਤੇ ਉੱਤੇ ਸਰੀਰ ਜਿਹੜਾ ਹਨਾ ਚੋਲਾ ਬਦਲਦਾ ਰਹਿੰਦਾ ਖਾਸ ਕਰਕੇ ਵਾਸ਼ਨਾ ਕਰਕੇ ਵੀ ਜਨਮ ਹੁੰਦਾ ਜਾਂ ਕੁਝ ਇਸ ਸੱਤਰਾਂ ਦਾ ਹਸਾਬ ਕਿਤਾਬ ਵੀ ਹੁੰਦਾ ਕਿ ਕੁਝ ਲੈਣੇ ਦੇਣੇ ਦੇ ਸਬੰਧ ਵੀ ਹੁੰਦੇ ਆ ਕਿ ਜਦੋਂ ਅਸੀਂ ਸਰੀਰ ਜਿਹੜਾ ਛੱਡਦੇ ਆ ਉਸ ਟਾਈਮ ਸਾਡਾ ਕੁਝ ਜਿਹੜਾ ਹੈਗਾ ਉਹ ਖਾਣਾ ਪੀਣ ਦਾ ਜਿਹੜਾ ਬਕਾਇਆ ਹੈਗਾ ਉਹ ਰਹਿ ਜਾਂਦਾ ਹੈਗਾ ਕਿਸੇ ਦੇ ਨਾਲ ਕੋਈ ਲੈਣ ਦੇਣ ਦਾ ਸੰਬੰਧ ਰਹਿ ਜਾਂਦਾ ਹੈਗਾ ਫਿਰ ਸਾਨੂੰ ਦੁਬਾਰਾ ਕੁਝ ਸਮੇਂ ਵਾਸਤੇ ਜਿਹੜਾ ਜਨਮ ਲੈਣਾ ਪੈ ਜਾਂਦਾ ਹੈਗਾ ਪਰ ਜਦੋਂ ਲੈਣ ਦੇਣ ਦਾ ਸੰਬੰਧ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਉਹ ਜਿਹੜੀ ਰੂਹ ਹੈਗੀ ਆ ਉਸ ਦੀ ਦੁਬਾਰਾ ਫਿਰ ਜਿਹੜੀ ਹੈਗੀ ਮੌਤ ਹੋ ਜਾਂਦੀ ਆ ਫਿਰ ਉਹ ਨਵੀਂ ਦੁਨੀਆ ਦੇ ਵਿੱਚ ਪ੍ਰਵੇਸ਼ ਜਿਹੜਾ ਹੈ ਉਹ ਕਰ ਜਾਂਦੀ ਆ ਪਰ ਕਈ ਰੂਹਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਕੋਸ਼ਿਸ਼ ਕੋ ਜੜੀਆਂ ਘਟਨਾਵਾਂ ਯਾਦ ਰਹਿ ਜਾਂਦੀਆਂ ਹੈ ਤਕੋ ਸ਼ਰੂਹਾਂ ਜਿਹੜੀਆਂ ਐਸੀਆਂ ਹੁੰਦੀਆਂ ਹੈ ਜਿਹੜੀਆਂ ਬਿਲਕੁਲ ਹੀ ਜਾਨੀ ਕਿ ਇਹਨਾਂ ਘਟਨਾਵਾਂ ਤੋਂ ਪਰੇ ਹੋ ਜਾਂਦੀਆਂ ਭਾਵਕੀ ਉਹਨਾਂ ਨੂੰ ਕੋਈ ਚੀਜ਼ ਯਾਦ ਨਹੀਂ ਰਹਿੰਦੀ ਪਰ ਉਹਨਾਂ ਦੇ ਲੈਣ ਦੇਣ ਦਾ ਸੰਬੰਧ ਕਰਕੇ ਉਹ ਰੂਹ ਜਨਮ ਲੈਂਦੀ ਆ ਤੇ ਫਿਰ ਆਪਣੀ ਜਿਹੜੀ ਹੈ ਨਾ ਉਹ ਦੁਨੀਆ ਦੇ ਵਿੱਚ ਚਲੀ ਜਾਂਦੀ ਭਾਵਕੀ ਆ ਇਸ ਤਰ੍ਹਾਂ ਨਾ ਸੰਸਾਰ ਦਾ ਜਿਹੜਾ ਹੈ ਨਾ ਜਨਮ ਮਰਨ ਜਿਹੜਾ ਹੈਗਾ ਉਹ ਚੱਲਦਾ ਰਹਿੰਦੇ ਇਸੇ ਕਰਕੇ ਸਾਨੂੰ ਬਣੀ ਨਹੀਂ ਆਖਿਆ ਹੈ ਜੋ ਆਇਆ ਸੋ ਚੱਲਸੀ ਸਭ ਕੋ ਆਈ ਵਾਰੀ ਵੀ ਜਿੰਨੇ ਵੀ ਆਉਣਾ ਉਹਨੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਕਿਉਂਕਿ ਆਪ ਆਪਣੀ ਵਾਰੀ ਜਿਹੜੀ ਹੈ ਜੋ ਵਾਹਿਗੁਰੂ ਨੇ ਵੰਨੀ ਹੈਗੇ ਉਸੇ ਅਧਿਨ ਦੇ ਉੱਤੇ ਜਿਹੜੇ ਕੁਦਰਤ ਦੇ ਕਾਨੂੰਨ ਆ ਉਹ ਕੰਮ ਕਰਦੇ ਆ ਸੋ ਇਸ ਕਰਕੇ ਜਣੀ ਜ਼ਰੂਰੀ ਆ ਕਿ ਸਾਨੂੰ ਹਮੇਸ਼ਾ ਜਿਹੜਾ ਹੈਗਾ ਆਪਣੀ ਜੀਵਨ ਦੇ ਵਿੱਚ ਜਿਹੜਾ ਮੌਤ ਹੈਗੀ ਇਸ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਮੌਤ ਯਾਦ ਹੋਊਗੀ ਤਾਂ ਪਰਮੇਸ਼ਰ ਦਾ ਨਾਮ ਵੀ ਹਮੇਸ਼ਾ ਯਾਦ ਰਹੂਗਾ ਜਦ ਪਰਮੇਸ਼ਰ ਦਾ ਨਾਮ ਯਾਦ ਰਹੂਗਾ ਸਾਡੇ ਅੰਦਰ ਜਿਹੜਾ ਹੈਗਾ ਉਹ ਵਾਹਿਗੁਰੂ ਦਾ ਭੈ ਬਣਿਆ ਰਹੇਗਾ ਭੈ ਬਣਿਆ ਰਹੇਗਾ ਤਾਂ ਸਾਡਾ ਜਿਹੜਾ ਕਰਮ ਹੈਗਾ ਹਮੇਸ਼ਾ ਚੰਗਾ ਰਹੇਗਾ ਬੁਰੇ ਕਰਮ ਵੱਲ ਸਾਡੀ ਕਦੀ ਨਾજર ਨਹੀਂ ਜਾਏਗੀ ਤੇ ਜਿਆਦਾ ਨਾજર ਨਹੀਂ ਜਾਏਗੀ ਤੇ ਫਿਰ ਆਪਣੇ ਆਪ ਹੀ ਜਿਹੜੇ ਹਨਾ ਸ਼ੁੱਭ ਕਰਮ ਚੰਗੇ ਕਰਮਾਂ ਜਾਂ ਦੇਵ ਕਰਮ ਸਾਡੇ ਅੰਦਰ ਪ੍ਰਗਟ ਹੋਣਗੇ ਤੇ ਸਾਡਾ ਲੋਕ ਤੇ ਪਰਲੋਕ ਦੋਨੇ ਸੇਲੇ ਹੋ ਜਾਣਗੇ ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ ਹੋਇਆ ਬਿਆੰਦ ਭੁੱਲਣ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ